ਪੰਚਾਇਤੀ ਚੋਣਾਂ ਵਿਚਾਲੇ ਹੁਣ ਪਿੰਡਾਂ ਦੇ ਵਿੱਚ ਮਾਹੌਲ ਭਖਿਆ ਹੋਇਆ ਹੈ, ਜਿੱਥੇ ਕਈ ਪਿੰਡਾਂ ਦੇ ਵਿੱਚ ਤਕਰਾਰ ਵੀ ਸਾਹਮਣੇ ਆ ਰਹੀ ਹੈ। ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਸਰਹੱਦੀ ਅਜਨਾਲਾ ਦੇ ਪਿੰਡ ਕਰੀਮਪੁਰਾ ਤੋਂ, ਜਿੱਥੇ ਸਰਹੱਦੀ ਤਹਿਸੀਲ ਅਜਨਾਲਾ ਦਾ ਇਹ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਹੱਥਾਂ ਦੇ ਵਿੱਚ ਸਰਟੀਫਿਕੇਟ ਫੜ ਕੇ ਇਹ ਸਬੂਤ ਦਿਖਾਏ ਜਾ ਰਹੇ ਨੇ ਕਿ ਪਿੰਡ ਦੇ ਵਿੱਚ ਜਾਲੀ ਵੋਟਾਂ ਬਣਦੀਆਂ ਨੇ। ਇਹ ਜੋ ਸਰਟੀਫਿਕੇਟ ਇਹਨਾਂ ਨੇ ਹੱਥਾਂ 'ਚ ਫੜੇ ਹੋਏ ਨੇ ਉਹਨਾਂ ਵੋਟਰਾਂ ਦੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੀ ਘੱਟ ਹੈ, ਪਰ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ, ਜਿਸ ਲਈ ਇਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ BDPO ਨੂੰ। ਤਾਂ ਹੁਣ ਸਾਬਕਾ ਸਰਪੰਚ ਸਣੇ ਉਹਨਾਂ ਦੇ ਪਰਿਵਾਰ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ। ਇੱਥੇ ਨਾਲ ਹੀ ਪਿੰਡ ਵਾਲਿਆਂ ਨੇ ਵੀ ਇਲਜ਼ਾਮ ਲਗਾਏ ਨੇ ਕਿ ਜਿਸ ਦੂਜੀ ਧਿਰ ਦੇ ਵੱਲੋਂ ਇਲੈਕਸ਼ਨ ਲੜਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਜਾਲੀ ਵੋਟਾਂ ਬਣਵਾਈਆਂ ਜਾ ਰਹੀਆਂ ਨੇ, ਨਾਬਾਲਗ ਵੋਟਾਂ ਬਣਾਈਆਂ ਜਾ ਰਹੀਆਂ ਨੇ ਤੇ ਬਾਹਰੋਂ ਬੰਦੇ ਬੁਲਾ ਕੇ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਉਹ ਜਿੱਤਣਾ ਚਾਹੁੰਦੇ ਨੇ। ਪਰ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਇੱਕ ਧਿਰ ਦੇ ਵੱਲੋਂ ਇਹ ਦੂਜੀ ਧਿਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਦੇ ਵੱਲੋਂ ਜਾਲੀ ਵੋਟਾਂ ਪਾਉਣ ਦੇ ਪ੍ਰਬੰਧ ਕੀਤੇ ਗਏ ਨੇ, ਜਿਸ ਤੇ BDPO ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਬਕਾਇਦਾ ਸਬੂਤ ਵੀ ਦਿੱਤੇ ਗਏ ਨੇ। ਦੂਜੇ ਪਾਸੇ BDPO ਸੁਖਜੀਤ ਨੇ ਕਿਹਾ ਹੈ ਕਿ ਜੋ 18 ਸਾਲ ਤੋਂ ਘੱਟ ਵੋਟਾਂ ਬਣਾਉਣ ਸੰਬੰਧੀ ਸ਼ਿਕਾਇਤ ਉਹਨਾਂ ਨੂੰ ਮਿਲੀ ਹੈ ਉਹਨਾਂ ਨੇ ਪੜਤਾਲ ਕੀਤੀ ਹੈ ਤੇ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਉਹਨਾਂ ਨੂੰ ਮਿਲੇ ਨੇ, ਜਿਨ੍ਹਾਂ ਨੂੰ ਚੈੱਕ ਕੀਤਾ ਗਿਆ ਤਾਂ ਉਹਨਾਂ ਤੇ ਪੋਲੋਗ੍ਰਾਮ ਨਹੀਂ ਮਿਲਿਆ, ਜਿਸ ਤੋਂ ਇਹ ਸਾਫ ਜ਼ਾਹਰ ਹੋ ਰਿਹਾ ਹੈ ਕਿ ਸਰਟੀਫਿਕੇਟ ਅਸਲੀ ਨਹੀਂ ਹਨ, ਜਿਸ ਲਈ ਕਈਆਂ ਦੇ ਇੱਥੇ ਵੋਟਾਂ ਕੱਟ ਦਿੱਤੀਆਂ ਗਈਆਂ ਨੇ। ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਇੱਕ ਵਿਅਕਤੀ ਦੀਆਂ 2-2 ਵੋਟਾਂ ਬਣੀਆਂ ਨੇ ਤਾਂ ਉਹਨਾਂ ਦੇ ਖਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਤੇ ਪਿੰਡ ਦੇ ਵਿੱਚ ਚੋਣਾਂ ਨਿਰਪੱਖ ਹੋਣਗੀਆਂ। ਮਾਮਲਾ ਵੇਖੋ ਜੀ, ਸਾਡੇ ਪੰਚਾਇਤੀ ਇਲੈਕਸ਼ਨਾਂ ਚੱਲਣ ਦੀਆਂ, ਸਾਡਾ ਪਿੰਡ ਕਮੀਰਪੁਰਾ ਵਾ, ਮੈਂ ਅਸੀਂ ਵੀ ਉੱਥੇ ਸਰਪੰਚੀ ਕੀਤੀ ਹੈ, 10 ਸਾਲ ਕੀਤੀ ਆ, ਪਰ ਅਸੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ, ਨਾ ਕਟਾਈਆਂ, ਅੱਜ ਤੱਕ ਨਾ ਕੋਈ ਇਹੋ ਜਿਹਾ ਗਲਤ ਕੰਮ ਕੀਤਾ। ਜਦਕਿ ਹੁਣ ਸਾਡੇ ਪਿੰਡ 2 ਬੰਦੇ ਆ, ਇੱਕ ਤੇ ਰਿਸ਼ਪਾਲ ਸਿੰਘ ਹੈਗਾ, ਉਹ ਪੁੱਤਰ ਹਰੀ ਸਿੰਘ, ਪਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ, ਇਹ ਜਦਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਪਾਈਆਂ ਜਾਂਦੀਆਂ। ਫਿਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਸੈਕਟਰੀ ਦੇ ਨਾਲ ਰਲ ਕੇ, ਪਤਾ ਨਹੀਂ ਕਿ BLO ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ, 8-9 ਵੋਟਾਂ ਬਣੀਆਂ, ਜਿਨ੍ਹਾਂ ਬੱਚਿਆਂ ਦੀਆਂ ਲੋਕ ਕਾਨਵੈਂਟ ਸਕੂਲਾਂ 'ਚ ਪੜ੍ਹਨ ਦੇ ਆ, ਉਮਰ ਸਾਰਿਆਂ ਦੀ ਕਿਸੇ ਬੱਚੇ ਦੀ ਵੀ 18 ਸਾਲ ਨਹੀਂ ਹੈਗੀ, ਕਿਸੇ ਦੀ 17 ਸਾਲ ਆ, ਕਿਸੇ ਦੀ 15 ਸਾਲ ਆ, ਕਿਸੇ ਦੀ 16 ਸਾਲ ਆ, ਕਿਸੇ ਦੀ ਕਿੰਨੀ ਉਮਰ ਆ, 8-9 ਬੱਚੇ ਨਿੱਕੇ ਨਿੱਕੇ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਉਹਨਾਂ ਵੋਟਾਂ ਦੇ ਸਿਰ ਤੇ ਜਿੱਤਣਾ ਚਾਹੁੰਦੇ ਆ। ਜਦਕਿ ਅਸੀਂ ਚਾਹੁੰਦੇ ਹਾਂ ਵੀ ਨਿਰੋਲ ਇਲੈਕਸ਼ਨ ਹੋਵੇ, ਜਿਹੜਾ ਮਰਜ਼ੀ ਜਿੱਤ ਜੇ, ਪਰ ਨਿਰੋਲ ਇਲੈਕਸ਼ਨ ਹੋਣੀ ਚਾਹੀਦੀ ਹੈ। ਫਿਰ ਸਾਡੀਆਂ ਵੇਖੋ ਜੀ, ਕਈ ਵੋਟਾਂ ਸਾਡੀਆਂ ਪਿੰਡ 'ਚ, ਅਸੀਂ ਅੱਜ ਤੋਂ 10 ਸਾਲ ਅਸੀਂ ਸਰਪੰਚੀ ਕੀਤੀ ਆ, ਪਰ ਅਸੀਂ ਕਦੀ ਕਿਸੇ ਦੀ ਨਜਾਇਜ਼ ਵੋਟ ਨਹੀਂ ਕੱਟੀ, ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ। ਜਦਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਆ, ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟੀ ਹੈ, ਅਮਨਦੀਪ ਕੌਰ ਸਾਬਕਾ ਸਰਪੰਚ ਆ, ਉਹਦੀ ਵੋਟ ਕੱਟੀ ਆ, ਫਿਰ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਤੀਆਂ, 8-9-10 ਵੋਟਾਂ ਨੇ ਜਿਹੜੀਆਂ ਮਤਲਬ ਜਾਇਜ਼ ਕਰਤੇ, ਜਦਕਿ ਉਹ ਵੋਟਾਂ MP ਜੇ ਪਾ ਕੇ ਤੁਰੇ ਆਉਂਦੇ, MP ਦੀ ਸੂਚੀ 'ਚ ਦਰਜ ਨੇ, ਤੇ ਜਦੋਂ ਪੰਚਾਇਤ ਦੀ ਵੋਟ ਸੂਚੀ ਵੇਖੀ ਆ ਤੇ ਉਹ 'ਚ ਸਾਡੀਆਂ ਵੋਟਾਂ ਹੀ ਹੈ ਨਹੀਂ। ਅਸੀਂ ਤੇ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ, ਜਿਹੜੀਆਂ ਨਾ ਗਲਤ ਤਰੀਕੇ ਨਾਲ ਨਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਵੋਟਾਂ ਕੱਟੀਆਂ ਜਾਣ, ਛੋਟੇ ਛੋਟੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ। ਬਾਕੀ ਵੇਖੋ ਜੀ, ਬਹੁਤ ਜ਼ਿਆਦਾ ਧਾਂਦਲੀ ਆ ਸਾਡੀ ਵਾਰਡ ਦੇ ਵਿੱਚ, ਜਿੰਨੀ ਪੰਚਾਇਤ ਦੇ ਵਿੱਚ ਆ, ਕਈ ਵੋਟਾਂ ਤੁਸੀਂ ਹਿਸਾਬ ਲਓ ਉਮਰ ਉਹਨਾਂ ਦੀ 40-50 ਸਾਲ ਆ ਰਣਜੀਤ ਸਿੰਘ ਦੀ, ਇਹ 'ਚ 66 ਸਾਲ ਵਿਖਾਈ ਗਈ ਆ। ਫਿਰ ਇੱਕ ਬੱਚੇ ਦੀ ਵੋਟ 2 'ਚ ਵੀ ਦਰਜ ਆ, ਮਾਂ ਪਿਓ ਵੀ ਉਹਦੇ 2 'ਚ ਆ, ਤੇ ਹੁਣ ਜਿਹੜੀ ਕੱਟ ਕੇ ਉਹਦੀ ਵੋਟ 4 'ਚ ਵੀ ਪਾਤੀ ਆ। ਤੁਹਾਡੇ ਕਹਿਣ ਦਾ ਮਤਲਬ ਕਿ ਇੱਕ ਵਿਅਕਤੀ ਦੀਆਂ 2 ਵਾਰਡਾਂ 'ਚ ਵੋਟਾਂ, 2 ਵਾਰਡਾਂ 'ਚ ਵੋਟਾਂ ਵੀ 2 'ਚ ਵੀ ਮੌਜੂਦ ਆ ਤੇ 4 'ਚ ਵੀ ਪਾਤੀਆਂ ਨੇ।
ਮਤਲਬ ਦੋ ਦੋ ਥਾਈ ਵੋਟ ਇੱਕ ਇੱਕ ਬੱਚੇ ਦੀ ਇਹਨਾਂ ਨੇ ਇੰਨੀ ਧਾਂਦਲੀ ਕੀਤੀ ਆ, ਇਹਨਾਂ ਨੂੰ ਇਹ ਵੀ ਨੀ ਸਮਝ ਆਈ ਵੀ ਇੱਕ ਵਾਰਡ 'ਚ ਹੀ ਰਹਿਣ ਦੀਏ, ਇਹਨਾਂ ਨੇ ਇੱਕੋ ਬੱਚੇ ਦੀਆਂ ਵੋਟਾਂ ਦੋ ਦੋ ਵਾਰਡਾਂ 'ਚ ਪਾਤੀਆਂ ਨੇ। ਬਿਲਕੁਲ ਜੀ, ਬੱਚਿਆਂ ਦੇ ਸਾਡੇ ਕੋਲ ਜਨਮ ਸਰਟੀਫਿਕੇਟ ਹੈਗੇ, ਸਾਰਾ ਕੁਝ ਹੈਗਾ ਜੀ। ਅਸੀਂ ਵਾਰ ਵਾਰ ਇਲੈਕਸ਼ਨ ਕਮਿਸ਼ਨ ਨੂੰ ਫੈਕਸ ਕੀਤੀ ਆ, ਐਸ ਡੀ ਐਮ ਸਾਹਿਬ ਨੂੰ ਵੀ ਕੀਤੀ ਆ, ਬੀ ਡੀ ਓ ਪੀ ਸਾਹਿਬ ਨੂੰ ਵੀ ਕੀਤੀ ਆ, ਸਾਰਿਆਂ ਨੂੰ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ। ਨਾ ਸਾਨੂੰ ਕੋਈ ਆਂਦਾ ਕੋਈ ਨੀ ਕਰਦੇ ਕਰਦੇ ਜੀ, ਕੁਛ ਨੀ ਹੋਣਾ ਜੀ, ਕਰਦੇ ਕਰਦੇ ਅਫਸਰ ਤੇ ਗੋਂਗਲੋਂ ਤੋਂ ਮਿੱਟੀ ਚੜੀ ਜਾਂਦੇ ਜੀ। ਕਾਰਨ ਉਹ ਹੋ ਸਕਦਾ ਪੈਸੇ ਪੂਏ ਖਾਧੇ ਹੋਣਗੇ ਇਹਨਾਂ ਨੇ, ਹੋਰ ਇਹੋ ਕਾਰਨ ਹੋ ਸਕਦਾ। ਅਸੀਂ ਕਹਿੰਦੇ ਸਾਨੂੰ ਇਨਸਾਫ ਦਵਾਓ, ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ, ਜਿਹੜੀਆਂ ਨਜਾਇਜ਼ ਬਣੀਆਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ। ਕੀ ਲੱਗਦਾ ਕਿ ਕਿਉਂ ਉਹਨਾਂ ਨੇ ਜਿਹੜੀਆਂ ਨੇ ਇਹ ਨਜਾਇਜ਼ ਵੋਟਾਂ ਬਣਾਈਆਂ? ਉਹ ਵੇਖੋ ਜੀ, ਮੌਜੂਦਾ ਸਰਪੰਚ ਹੀ ਸੈਕਟਰੀ ਉਹਦੇ ਨਾਲ ਆ, ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲਈਆਂ। ਕੀ ਮੰਗ ਕਰਦੇ ਹੋ? ਮੰਗ ਇਹੋ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਸਾਡੇ ਨਾਲ ਧੱਕਾ ਹੁੰਦੇ ਆ। ਲੱਗਦਾ ਕਿ ਜੇਕਰ ਇਹ ਵੋਟਾਂ ਕੱਟੀਆਂ ਨਾ ਗਈਆਂ ਤਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਕੋਈ ਆਪਸ ਦੇ ਵਿੱਚ? ਵੇਖੋ ਜੀ, ਜੇ ਹੁਣ ਮੰਨ ਲਓ ਕੋਈ ਬਾਹਰੋਂ ਪਿੰਡੋਂ ਵੋਟ ਪਾਉਣ ਆਉਂਦਾ ਤੇ ਕਿਸੇ ਨੇ ਨਜਾਇਜ਼ ਵੋਟ ਨਾ ਪੈਣ ਦੇਣੀ ਆ, ਤੇ ਨਾ ਹੀ ਅਸੀਂ ਤੇ ਇੱਥੋਂ ਤੱਕ ਫੈਸਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਵੋਟ ਅਸੀਂ ਨਜਾਇਜ਼ ਨਹੀਂ ਪੈਣ ਦੇਣੀ। ਜੇ ਤੇ ਸਰਕਾਰ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਆ, ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫਿਰ ਡੱਕਣਗੇ, ਤੇ ਜਦੋਂ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ ਜੀ। ਨਹੀਂ, ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ, ਅੱਜ ਅਸੀਂ ਬਣਾਇਆ ਵਾ ਵੀ ਪੁਲਿਸ ਨੂੰ ਵੀ ਦਰਖਾਸਤ ਦੇਵਾਂਗੇ ਜੀ। ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗੜਬੜੀ ਮਚਾਈ ਜਾ ਰਹੀ ਆ, ਰਿਸ਼ਪਾਲ ਸਿੰਘ, ਕੁਲਵਿੰਦਰ ਕੌਰ, ਗੁਰਨਾਮ ਕੁਲਵੰਤ ਕੌਰ ਦਾ 99 ਇਹਦੀ ਸਰਪੰਚ ਦਾ, ਇਹਦੀ ਜਿਹੜੀ ਰਹਿਸ਼ ਆ ਮੀਰਾਂਕੋਟ ਆ, ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ, ਜੋ ਇਸ ਬੰਦੇ ਦੇ ਉੱਤੇ ਪਹਿਲਾਂ ਵੀ FIR ਵੀ ਦਰਜ ਹੋਈ ਆ, ਕੋਈ ਗਲਤ ਕੇਸ ਪਏ ਨੇ, ਇਹ ਗਲਤ ਐਡਰੈਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈ ਜਾ ਰਿਹਾ, ਤੇ ਮੈਂ ਇਹਦੀ ਜਾਂਚ ਚਾਹੁੰਦਾ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ, ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਹਾਂਜੀ, ਹਾਂ, ਅਸੀਂ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਹਾਂ, SDM ਸਾਹਿਬ ਨੂੰ ਦੇ ਚੁੱਕੇ ਹਾਂ, BDPO ਸਾਹਿਬ ਨੂੰ ਵੀ, ਚੋਣ ਕਮਿਸ਼ਨ ਸਾਹਿਬ ਨੂੰ ਵੀ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਇਹੋ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਕੁਲਵੰਤ ਕੌਰ ਜਿਹੜੀ ਆ ਤੇ ਹਰਨੇਕ ਸਿੰਘ ਸੈਕਟਰੀ ਆ, ਇਹਨਾਂ ਦੇ ਕੋਈ ਆਪਸੀ ਪੈਸੇ ਦੇ ਲੈਣ ਦੇਣ ਦਾ ਸੰਬੰਧ ਹੈ, ਸਾਨੂੰ ਕੋਈ ਇਨਸਾਫ ਨਹੀਂ ਦਿੰਦੇ ਅਜੇ ਤੱਕ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਜੀ, ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ SDM ਸਾਹਿਬ ਵੱਲੋਂ ਆਈ ਆ, ਜਿਹਦੇ ਵਿੱਚ ਆਪਣਾ ਕੰਪਲੇਂਟ 'ਚ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੂਬਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਵੀ ਇੱਕ ਤਾਂ 18 ਤੋਂ ਘੱਟ ਉਮਰ ਦੀਆਂ ਵੋਟਾਂ ਬਣੀਆਂ ਨੇ ਅਤੇ ਦੂਸਰੀਆਂ ਕੁਛ ਵਾਰਡਾਂ ਨੂੰ ਛੇੜਛਾੜੀ ਕਰਕੇ ਅਤੇ ਵੋਟਾਂ ਜਿਹੜੀਆਂ ਨੇ ਸੱਜੇ ਖੱਬੇ ਕੀਤੀਆਂ ਗਈਆਂ ਨੇ। ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਆ ਜੀ, ਪੰਚਾਇਤ ਸੈਕਟਰੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤਾਂ ਲੜੀ ਨੰਬਰ ਫਸਟ ਦਾ ਜਿਹੜਾ ਹੈਗਾ ਵੋਟ ਨੰਬਰ 30 ਆ, ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵਾਲੀ ਆ, ਜਿਸ 'ਚ ਉਹਨਾਂ ਨੇ ਕਿਹਾ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ। ਜੋ ਜੋ ਫੈਕਟ ਸਾਨੂੰ ਪੰਚਾਇਤ ਸਕੱਤਰ ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਕਾਰਡ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਐਗਜਿਸਟ ਕਰ ਰਹੀ ਹੈ ਕਮੀਰਪੁਰੇ ਦੇ ਵਿੱਚ। ਪੰਚਾਇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਆ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਆ, ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਸਟ ਨੰਬਰ। ਸੈਕਿੰਡ ਨੰਬਰ 'ਤੇ ਆ ਜਿਹੜਾ ਇੱਕ 18 ਦੀਆਂ ਆਈ ਸੀ ਜੀ, ਇੱਕ ਦੋ ਡਾਕੂਮੈਂਟ ਆਏ ਸੀਗੀ 18 ਤੋਂ ਘੱਟ ਨੇ,
ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਇੱਕ ਜਨਮ ਸਰਟੀਫਿਕੇਟ ਦਾ ਆਇਆ ਸੀ, ਇੱਕ ਆਧਾਰ ਕਾਰਡ ਆਇਆ, ਇਹਦੇ ਵਿੱਚ ਸਾਨੂੰ ਇਹ ਇੱਕ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ, ਜਿਸ ਕਾਰਨ ਜਿਸ ਤੋਂ ਸਾਨੂੰ ਜਾਪਦਾ ਆ ਵੀ ਇਹ ਜਿਹੜਾ ਸਰਟੀਫਿਕੇਟ ਓਰੀਜਨਲ ਨਹੀਂ ਸਾਡੇ ਕੋਲ ਹੈਗਾ, ਇਸ ਕਰਕੇ ਅਸੀਂ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ। ਦੋ ਵੋਟਾਂ ਅਸੀਂ ਸ਼ੱਕੀ ਤੌਰ 'ਤੇ ਪਾਈਆਂ ਅਤੇ ਅਸੀਂ SDM ਸਾਹਿਬ ਨੂੰ ਵੀ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਵੀ ਇਹ ਜਿਹੜੀਆਂ ਦੋ ਵੋਟਾਂ ਨੇ ਅਤੇ ਜਿਹੜੇ ਡਾਕੂਮੈਂਟ ਹੈ ਉਹ ਦਸਤਾਵੇਜ਼ ਦੀ ਅਥੋਰਟੀਕੇਸ਼ਨ ਜਿਹੜੀ ਆ ਉਹ ਸਹੀ ਨਹੀਂ ਹੈਗੀ। ਠੀਕ ਹੈ ਜੀ। ਥਰਡ ਨੰਬਰ 'ਤੇ ਜਿਹੜੀਆਂ ਦੂਸਰੀਆਂ ਵੋਟਾਂ ਨੇ, ਵੋਟ ਨੰਬਰ 39 ਆ, 46 ਆ, 47, 48 ਅਤੇ 50, ਇਹਨਾਂ ਦੀ ਜਿਹੜੇ ਜੋ ਪਰੂਫ ਲੱਗੇ ਆ ਜੀ, ਜਿਹੜੇ ਬਰਥ ਸਰਟੀਫਿਕੇਟ ਲੱਗੇ ਆ ਜਾਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚ ਇਹਨਾਂ ਦੇ ਆਈ ਕਾਰਡ ਲੱਗੇ ਆ, ਕਿਉਂਕਿ ਇਹ ਆਲਰੇਡੀ ਸਾਰੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਸੂਚੀ, ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ ਐਗਜ਼ਿਸਟ ਬੰਦੇ ਕਰਦੇ ਨੇ। ਵਿਧਾਨ ਸਭਾ ਦੀ ਵੋਟਰ ਸੂਚੀ ਦੀ ਜਿਹੜੀ ਆ ਵੈਰੀਫਿਕੇਸ਼ਨ ਆ ਉਹ BLO ਦੁਆਰਾ ਕੀਤੀ ਜਾਂਦੀ ਹੈ। BLO ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਹ ਵੋਟਾਂ ਬਣਦੀਆਂ। ਪੰਚਾਇਤ ਪੱਧਰ 'ਤੇ ਜਿਹੜੀ ਆ ਕੋਈ ਵੀ ਵੋਟਰ ਸੂਚੀ ਜਿਹੜੀ ਜਾਂ ਵੋਟਾਂ ਜਿਹੜੀਆਂ ਨੇ ਉਹ ਸਿਰਫ ਸਪਲੀਮੈਂਟ ਹੋਣ ਵੋਟਾਂ ਬਣਾਈਆਂ ਜਾਣਗੀਆਂ ਜਾ ਰਹੀਆਂ ਸੀ, ਜਿਹੜੀਆਂ 30/8/2024 ਤੱਕ 18 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰ ਰਿਹਾ ਬੰਦਾ ਇਸ। ਜੀ ਸਰ, ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਦੋ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣਾਈਆਂ ਜਾਣਗੀਆਂ, ਜੀ ਸਰ, ਜਿਹਨੇ ਅਪਲਾਈ ਕੀਤਾ ਉਸ ਖਿਲਾਫ਼ ਵੀ ਕੋਈ ਕਾਰਵਾਈ ਕੀਤੀ ਜਾਵੇ? ਡੈਫੀਨੇਟਲੀ ਹੈ ਜੀ, ਉਹ ਆਪਾਂ SDM ਸਾਹਿਬ ਨੂੰ ਇਹ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਅਸੀਂ ਭੇਜ ਚੁੱਕਾ ਅਤੇ ਵੀ ਇਹ ਜਿਹੜੀ ਇਹ ਡਾਕੂਮੈਂਟ ਆਏ ਆ ਇਹ ਗਲਤ ਆਏ ਨੇ ਅਤੇ ਪਹਿਲੇ ਨੰਬਰ 'ਤੇ ਤਾਂ ਇਹ ਵੋਟਾਂ ਬਣਨ ਯੋਗ ਨਹੀਂ ਹੈਗੀਆਂ। ਸਰ, ਕਿਵੇਂ ਦੀ ਕਾਰਵਾਈ ਕੀਤੀ ਜਾਵੇ? ਜੋ ਐਜ਼ ਪਰ ਰੂਲ ਹੈ ਜੀ ਉਹ ਅਸੀਂ ਪ੍ਰਪੋਜ਼ ਕਰਾਂਗੇ ਜੀ ਉਹਨਾਂ ਨੂੰ। ਸੈਕਿੰਡ ਨੰਬਰ 'ਤੇ ਇੱਕ ਹੋਰ ਆ ਜੀ, ਜਿਹੜਾ ਇਤਰਾਜ਼ਕਰਤਾ ਨੇ ਇੱਕ ਵੋਟਾਂ ਸ਼ਿਫਟ ਹੋਣ ਦਾ ਇਤਰਾਜ਼ ਲਾਇਆ, ਉਸ ਵਿੱਚ ਨਾ ਉਹ SDM ਸਾਹਿਬ ਨੇ ਆਪਣਾ ਕਲੇਮ ਅਤੇ ਓਬਜੈਕਸ਼ਨਾਂ ਵਿੱਚ ਇੱਕ ਆਰਡਰ ਪਾਸ ਕੀਤਾ ਸੀ, ਐਜ਼ ਪਰ SDM ਸਾਹਿਬ ਦੇ ਆਰਡਰ ਹੀ ਮੁਤਾਬਿਕ ਹੀ ਉਹਨਾਂ ਦੀ ਵਾਰਡ ਮੰਦੀ ਦੇ ਜਦੋਂ ਕਲੇਮ ਅਤੇ ਓਬਜੈਕਸ਼ਨ ਸੁਣੇ ਗਏ ਸੀ ਉਸ ਤੋਂ ਬਾਅਦ ਹੀ ਇਹ ਵੋਟਾਂ ਜਿਹੜੀਆਂ ਸ਼ਿਫਟ ਹੋਈਆਂ ਸੀ, ਹੁਣ ਉਸ ਮੁਤਾਬਿਕ ਹੀ ਕੀਤੀਆਂ, ਉਸ ਤੋਂ ਇਲਾਵਾ ਜਿਹੜੀ ਆ ਉਹ ਬਾਅਦ ਵਿੱਚ ਕੋਈ ਵੀ ਵਾਰਡ ਮੰਦੀ ਦੇ ਵਿੱਚ ਚੇਂਜਸ ਨਹੀਂ ਕੀਤੀ ਗਈ। ਸਰ, ਉਹਨਾਂ ਦਾ ਇੱਕ ਦੋਸ਼ ਇਹ ਵੀ ਸੀ ਕਿ ਇੱਕ ਵਿਅਕਤੀ ਦੀਆਂ ਵੱਖ ਵੱਖ ਵਾਰਡਾਂ ਵਿੱਚ ਦੋ ਵੋਟਾਂ ਨੇ ਜੀ, ਉਹ ਮੈਂ ਹੁਣ ਤੁਸੀਂ ਮੇਰੇ ਹੁਣ ਧਿਆਨ ਵਿੱਚ ਲਿਆਂਦਾ, ਉਹ ਮੈਂ ਚੈੱਕ ਕਰ ਲੈਂਦਾ ਜਿੱਥੇ ਹੋਏਗੀ। ਇੱਕ ਵਾਰਡ ਦੇ ਵਿੱਚੋਂ ਅਸੀਂ ਉਹਨੂੰ ਸੱਦ ਕੇ ਪੁੱਛਾਂਗੇ ਜੀ, ਉਹ ਬੰਦਾ ਇੱਕ ਜਗ੍ਹਾ ਹੀ ਵੋਟ ਕਾਸਟ ਕਰਦਾ, ਇੱਕ ਜਿਹੜੀ ਵੋਟ ਆ ਉਹ ਡਿਲੀਟ ਹੋਵੇਗੀ। ਸਰ, ਬਣਨ ਦਾ ਕੀ ਕਾਰਨ? ਕੁਛ ਕਹਿ ਸਕਦੇ ਹਾਂ ਜੀ, ਉਹ ਕੋਈ ਕਲੈਰੀਕਲੀ ਹੋ ਸਕਦੀ ਹੈ, ਹੋਰ ਤਾਂ ਇਹਦੇ ਵਿੱਚ ਕੋਈ ਦੋ ਵੋਟਾਂ 'ਤੇ ਪੋਲ ਨਹੀਂ ਹੋ ਸਕਦੀ ਹੈ ਜੀ। ਸਰ, ਇੱਕ ਹੋਰ ਜਾਂਦਾ ਕਿ 3 ਅਜਿਹੇ ਆਦਮੀ ਨੇ ਜਿਹੜੇ ਉੱਥੇ ਲੋਕ ਸਭਾ ਦੀ ਚੋਣ ਵੀ ਚੋਣ ਦੌਰਾਨ ਵੋਟ ਪੋਲ ਕੀਤੀ ਹੈ, ਇੱਕ ਸਾਬਕਾ ਸਰਪੰਚ ਮਹਿਲਾ ਸੀ, ਉਹਦੀ ਵੋਟ ਸ਼ਰਾਰਤੀ ਢੰਗ ਨਾਲ ਕੱਟ ਦਿੱਤੀ ਗਈ ਹੈ, ਔਰ ਦੋ ਮੀਆਂ ਵੀ ਹੋਰ ਨੇ ਜਿਨ੍ਹਾਂ ਦੀਆਂ ਵੋਟਾਂ ਕੱਟ ਦਿੱਤੀਆਂ। ਜਿਨ੍ਹਾਂ ਦੀਆਂ, ਮੈਂ ਉਹੀ ਪਹਿਲਾਂ ਕਹਿ ਰਿਹਾ ਸੀ, ਜਿਨ੍ਹਾਂ ਦੀਆਂ ਕਿਸੇ ਦੀ ਵੋਟ ਕਿਸੇ ਕਾਰਨ ਰਹਿ ਗਈ ਆ, ਉਹ ਆਪਣਾ ਫਾਰਮ ਨੰਬਰ 1 ਭਰ ਕੇ SDM ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਸਕਦਾ, ਉਹਨਾਂ ਦੀ ਵੋਟ ਜਿਹੜੀ ਆ ਉਹ ਐਡ ਹੋ ਸਕਦੀ ਹੈ ਜੀ, ਸਪਲੀਮੈਂਟ ਵੋਟ ਵਿੱਚ ਆ ਇਲੈਕਸ਼ਨ ਤੋਂ ਪਹਿਲਾਂ ਹੋ ਜਾਏਗੀ ਜੀ। ਜਿਹੜੇ ਮੇਰੇ ਤੋਂ ਪਹਿਲੇ ਸੀਗੇ ERO ਸਾਹਿਬਾਨ, ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ, ਕਿਉਂਕਿ ਜਦੋਂ ਅਸੀਂ 4/9 ਨੂੰ ਪ੍ਰਕਾਸ਼ਨਾ ਕਰ ਦਿੱਤੀ, ਉਹਦੇ 'ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ, ਫਾਰਮ 1-2 ਦਿਨ 'ਤੇ ਓਬਜੈਕਸ਼ਨ ਲੈ ਗਏ ਸੀ, ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਤਾਂ ਉਹਦੇ 'ਤੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ। ਸਰ, ਉਹਨਾਂ ਕਿਹਾ ਕਿ ਸਾਡੇ ਕੋਲ ਐਵੀਡੈਂਸ ਹੈਗੇ ਆ ਕਿ ਉਹ ਅਡਲਟ ਨਹੀਂ ਹੈਗੇ, ਤਾਂ ਉਹਨਾਂ ਦੀਆਂ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ, ਔਰ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲੀ ਭੁਗਤ ਬਣਾਈਆਂ ਗਈਆਂ। ਮੈਂ ਉਹੀ ਕਹਿ ਰਿਹਾ ਜੀ, ਦੈਟਸ ਅ ਪਾਰਟ ਆਫ ਇਨਕੁਆਇਰੀ, ਉਹ ਇਨਕੁਆਇਰੀ ਕਰਕੇ ਜੇ ਹੈਗਾ ਸਾਡੇ ਨੋਟਿਸ ਲਿਆਓ ਤਾਂ ਜੋ ਅਸੀਂ ਫਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਇਸ ਤੋਂ ਇਲਾਵਾ ਬਿਲਕੁਲ ਹੋਏਗੀ ਜੀ, ਇਸ ਕਾਨੂੰਨ ਅਨੁਸਾਰ। ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋਨੋਂ ਵਾਰਡਾਂ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ। ਨਹੀਂ ਦੇਖੋ, ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ, ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ, ਪਰ ਉਹਦੇ 'ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ DSC ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ, ਇਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦੀਆਂ।
ਜੇ ਆਈਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਸਿਮਿਲਰ ਹੈ ਤਾਂ ਵੀ ਉਹ ਡੀਐਸਸੀ ਪੀਐਸਸੀ ਚ ਆਏਗਾ, ਨਹੀਂ ਉਹ ਡਿਲੀਟ ਹੋ ਜਾਏਗੀ ਜੀ। ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਧਿਆਨ ਲਿਆਓ। ਜੇਕਰ ਜਾਣਬੁੱਝ ਕੇ ਬਣਾਈ ਗਈ ਹੋਏਗੀ ਇਸ ਖਿਲਾਫ, ਮੈਂ ਉਹੀ ਕਹਿ ਰਿਹਾ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ, ਸਪੋਜ਼ ਪਹਿਲੀ ਗੱਲ ਤਾਂ ਬਣਨੀ ਨਹੀਂ ਚਾਹੀਦੀ, ਜੇ ਹੈਗੀ ਹੈ ਸਾਡੇ ਧਿਆਨ 'ਚ ਲਿਆਓ ਸੋ ਦੈਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ, ਫਿਰ ਉਸ 'ਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ।